ਸੱਚੀ ਕਾਲਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਆ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ ਵੈਸੇ ਤਾਂ ਅੱਜ ਕੱਲ ਸਾਰੇ ਪਾਸੇ ਚਰਚਾ ਇਹੀ ਚੱਲਦੀ ਹੈ ਕਿ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਜਿੱਤੇਗੀ ਉਸ ਤੋਂ ਬਾਅਦ ਚਰਚਾ ਚੱਲਦੀ ਹੈ ਫਿਰ ਮੁੱਖ ਮੰਤਰੀ ਕੌਣ ਹੋਏਗਾ ਹੋਰ ਵੀ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਰਾਜਨੀਤੀ ਦੀਆਂ ਖਬਰਾਂ ਤੇ ਆਪਾਂ ਹਰ ਰੋਜ਼ ਚਰਚਾ ਕਰਦੇ ਆ ਤੇ ਪੰਨੂ ਸਾਹਿਬ ਨਾਲ ਹੁੰਦੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਬੰਸਤ ਬਹੁਤ ਬਹੁਤ ਸਵਾਗਤ ਜੀ ਜੀ ਸ਼ੁਕਰੀ ਪਰ ਸਭ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਚ ਰੈਲੀ ਕੀਤੀ ਜਦੋਂ ਰੈਲੀ ਚੱਲ ਰਹੀ ਸੀ ਤਾਂ ਉਸ ਵੇਲੇ ਸਾਡਾ ਪ੍ਰੋਗਰਾਮ ਵੀ ਸ਼ੁਰੂ ਹੋ ਗਿਆ ਸੀ ਇਸ ਕਰਕੇ ਗੱਲਬਾਤ ਨਹੀਂ ਕੀਤੀ ਕਿਉਂਕਿ ਪਤਾ ਨਹੀਂ ਕਿਹੜੀਆਂ ਗੱਲਾਂ ਤੇ ਕਿਹੜੇ ਐਲਾਨ ਕਰ ਦੇਣੇ ਸੀਗੇ ਪਰ ਪ੍ਰਧਾਨ ਮੰਤਰੀ ਹੋਰਾਂ ਨੇ ਮੁੱਖ ਮੰਤਰੀ ਹੋਣਾ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਰੈਲੀ ਨੂੰ ਕਿਵੇਂ ਦੇਖਦੇ ਆ ਦੇਖੋ ਪ੍ਰਧਾਨ ਮੰਤਰੀ ਸਾਹਿਬ ਦਾ ਪਹਿਲਾਂ ਨਾਲੋਂ ਸਾਰੇ ਬੋਲਣ ਦਾ ਟੰਗ ਅਪੀਲ ਕਰਨ ਦਾ ਟੰਗ ਸ਼ਬਦਾਵਲੀ ਬਾਡੀ ਲੈਂਗੁਏਜ ਅੱਜ ਕੱਲ ਇੱਕ ਲਫ਼ਜ਼ ਵਰਤਿਆ ਜਾਂਦਾ ਜੀ ਕਿ ਬੰਦੇ ਦੇ ਰੰਗ ਟੰਗ ਦਿਖਪੁਖ ਕਿਦਾਂ ਉਹ ਸਾਰਾ ਕੁਝ ਬਦਲਿਆ ਪਿਆ ਉਹ ਦਿਨ ਗਏ ਜਦੋਂ ਮਾਲਵੇ ਵਿੱਚ ਇੱਕ ਥਾਂ ਰੈਲੀ ਸੀ ਬਾਦਲ ਬਾਪ ਬੇਟੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਤੇ ਦਸਤਾਰ ਟਕਾਈ ਬੜੀ ਸ਼ਾਨਦਾਰ ਬੰਨ ਕੇ ਲਿਆਂਦੀ ਸੀ ਤੇ ਉਹਨਾਂ ਨੇ 10 ਸੈਕਿੰਡ ਰੱਖ ਕੇ ਤੇ ਲਾ ਕੇ ਟੇਬਲ ਤੇ ਰੱਖਤੀ ਸੀ ਤੇ ਰੌਲਾ ਪਿੰਦਾ ਸੀਗਾ ਕਿ ਪ੍ਰਧਾਨ ਮੰਤਰੀ ਨੇ ਸਿੱਖਾਂ ਦੀ ਪੱਗ ਦੀ ਬੇਇੱਜ਼ਤੀ ਕੀਤੀ ਹੈ। ਕੱਲ ਪ੍ਰਧਾਨ ਮੰਤਰੀ ਸਾਹਿਬ ਅੱਜ ਕੱਲ ਜਦੋਂ ਆਉਂਦੇ ਆ ਉਹ ਪੱਗ ਲਾਉਂਦੇ ਨਹੀਂ। ਉਨਾ ਚਿਰ ਤੱਕ ਬੰਨ ਕੇ ਪੱਗ ਸਾਰਿਆਂ ਨੂੰ ਮਿਲਦੇ ਆ। ਉਸੇ ਤਰ੍ਹਾਂ ਹੀ ਉਹ ਤਬਦੀਲ ਕਰ ਜਾਂਦੇ ਆ। ਇਹ ਫਰਕ ਪੈ ਗਿਆ। ਜੀ। ਸਿੱਖਾਂ ਨੂੰ ਅਪੀਲ ਕਰਨ ਦਾ ਕੰਮ ਉਦੋਂ ਦਾ ਸੀ ਅਕਾਲੀਆਂ ਦਾ। ਨਰਿੰਦਰ ਮੋਦੀ ਸਾਹਿਬ ਥੋੜੀ ਬਹੁਤ ਵਿੱਚੋਂ ਗੱਲ ਕਰ ਲੈਂਦੇ ਸੀ। ਅੱਜਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਸਿੱਖੀ ਨੂੰ ਇੰਨੇ ਕ ਸਮੇਂ 'ਚ ਵੜਿਆ ਵੀ ਜਾਵਦਾ ਕੁਝ ਕੁਝ ਨੇ ਵੀ ਸਮਝਿਆ ਕਿ ਜੇ ਮੈਂ ਪੰਜਾਬ ਚ ਆਉਣਾ ਤੇ ਉੱਥੇ ਲੋਕਾਂ ਕੋਲ ਜਾਣਾ ਤੇ ਆ ਗੱਲਾਂ ਚਾਹੀਦੀਆਂ ਨੇ ਮੇਰੀ ਆਪਣੀ ਜਾਣਕਾਰੀ ਇਹ ਆ ਕਿ ਉਹ ਇਸ ਗੱਲ ਤੋਂ ਵੀ ਖਿਜੇ ਪਿਆ ਕਿ ਸਾਨੂੰ ਤੇ ਸਿੱਖਾਂ ਨੂੰ ਆਪੋ ਵਿੱਚ ਅਕਾਲੀ ਆਗੂ ਜਾਣ ਬੁੱਝ ਕੇ ਵਖ ਕਰਦੇ ਰਹਿ ਹੂੰ ਇੱਕ ਚਰਚਾ ਆਰਐਸਐਸ ਦੇ ਵਿੱਚ ਚੱਲਦੀ ਪਈ ਹੈ। ਉਹ ਇਹ ਕਿ ਜਦੋਂ ਕਾਲੀ ਭਾਜਪਾ ਸਰਕਾਰ ਸੀ। ਅਕਾਲ ਤੱਕ ਸਭ ਤੋਂ ਆਰਐਸਐਸ ਦੇ ਤੇ ਰਾਸ਼ਟਰੀ ਸਿੱਖ ਸੰਗਤ ਦੇ ਖਿਲਾਫ ਹੁਕਮਨਾਮਾ ਜਾਰੀ ਕਰਾ ਦਿੱਤਾ ਗਿਆ। ਇੱਥੇ ਅਰਣਜੀਤ ਲੀਤਲ ਸਾਬ ਆਏ ਕਈ ਦਿਨ ਆ ਕੇ ਬੈਠੇ ਰਹੇ। ਦਿੱਲੀ ਤੋਂ ਆਰਐਸਐਸ ਦੇ ਲੀਡਰ ਵੀ ਭਾਜਪਾ ਦੇ ਵੀ ਬਾਦਲ ਬਾਪ ਬੇਟੇ ਨੂੰ ਕਹਿੰਦੇ ਰਹੇ ਕਿ ਤੁਸੀਂ ਇਹ ਹੁਕਮਨਾਮਾ ਵਾਪਸ ਕਰਵਾ ਦਿਓ। ਸਾਡੀ ਰਾਸ਼ਟਰੀ ਸਿੱਖ ਸੰਗਤ ਕੋਈ ਤੁਹਾਡਾ ਨੁਕਸਾਨ ਨਹੀਂ ਕਰ ਰਹੀ। ਅੱਜ ਤੁਹਾਡੇ ਇੰਨੇ ਡੇਰੇ ਇੱਥੇ ਚਲਦੇ ਆ। ਜੋ ਕੁਝ ਉਹ ਕਰਦੇ ਉਹ ਸਾਡੀ ਰਾਸ਼ਟਰੀ ਸਿੱਖ ਸੰਗਤ ਕਰਦੀ ਆ ਜਾਂ ਤਾਂ ਉਹ ਗੱਲਾਂ ਤੁਹਾਡੇ ਡੇਰਿਆਂ 'ਚ ਨਾ ਹੁੰਦੀਆਂ ਹਣ। ਜੀ। ਇਹ ਨਹੀਂ ਮੰਨੇ। ਫਿਰ ਸੱਚੇ ਸੌਦੇ ਦਾ ਮਾਮਲਾ ਆ ਗਿਆ। ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ। ਮੁੜ ਕੇ ਇੱਕ ਝੂਠੀ ਚਿੱਠੀ ਦੇ ਉੱਤੇ ਸੱਚੇ ਸੌਦੇ ਵਾਲੇ ਬਾਬੇ ਨੂੰ ਮਾਫੀ ਦਿੱਤੀ ਗਈ। ਮਾਫੀ ਪ੍ਰਵਾਨ ਨਾ ਕੀਤੀ ਗਈ। ਲੋਕਾਂ ਨੇ ਵਿਰੋਧ ਕੀਤਾ ਤੇ ਉਹ ਮਾਫੀ ਵਾਲਾ ਹੁਕਮਨਾਮਾ ਵਾਪਸ ਵੀ ਲਿਆ ਗਿਆ ਹੁਕਮਨਾਮਾ ਉਹਦੇ ਖਿਲਾਫ ਕੀਤਾ ਫਿਰ ਮਾਫੀ ਦਾ ਹੁਕਮਨਾਮਾ ਕੀਤਾ ਫਿਰ ਮਾਫੀ ਵਾਪਸ ਲੈਣ ਦਾ ਹੁਕਮਨਾਮਾ ਕੀਤਾ ਉਦੋਂ ਭਾਜਪਾ ਲੀਡਰਾਂ ਨੇ ਫਿਰ ਪਹੁੰਚ ਕੀਤੀ ਕਿ ਜੇ ਇੱਕ ਗੱਲ ਦੇ ਉੱਤੇ ਤੈਨੂੰ ਹੁਕਮਨਾਮੇ ਤੁਸੀਂ ਕਰ ਸਕਦੇ ਹੋ ਵਾਪਸ ਵੀ ਲੈ ਸਕਦੇ ਆ ਤੇ ਜਿਹੜਾ ਆਰਐਸਐਸ ਦੇ ਖਿਲਾਫ ਹੈ ਉਹ ਵੀ ਕਰ ਦਿਓ ਜਥੇਦਾਰ ਤੇ ਤੁਹਾਡੀ ਜੇਬ ਚੋਂ ਨਿਕਲਦੇ ਆ ਜੀ ਪਰ ਇਹ ਬਾਪ ਬੇਟਾ ਇੱਕੋ ਗੱਲ ਕਰੀ ਗਏ ਨੇ ਜੀ ਅਸੀਂ ਧਾਰਮਿਕ ਮਾਮਲਿਆਂ 'ਚ ਦਖਲ ਨਹੀਂ ਦੇਣਾ ਹੁਣ ਬੀਜੇਪੀ ਤੇ ਆਰਐਸਐਸ ਦੀ ਟਾਪ ਲੀਡਰਸ਼ਿਪ ਸਮਝਦੀ ਹੈ ਕਿ ਸਿੱਖ ਸਾਡੇ ਖਿਲਾਫ ਨਹੀਂ ਸੀ ਸਿੱਖਾਂ ਨੂੰ ਸਾਡੇ ਖਿਲਾਫ ਇਹ ਸਮੇਂ ਦੌਰਾਨ ਜਾਣ ਬੁੱਝ ਕੇ ਕੀਤਾ ਗਿਆ ਹਕਮ ਨਾਵੇਂ ਵੀ ਸਾਡੇ ਖਿਲਾਫ ਕਰਾਏ ਗਏ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਇਸ ਵੇਲੇ ਜਿਹੜੇ ਕੌੜ ਉਹਨਾਂ ਦੇ ਮਨ ਚ ਆਉ ਕੌੜ ਦਾ ਪੁਕਟਾਵਾ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਕੱਲ ਪਹਿਲੀ ਵਾਰ ਜਲੰਧਰ 'ਚ ਉਹਨਾਂ ਨੇ ਇਹ ਵੀ ਆਖਿਆ ਕਿ ਗੱਠ ਜੋੜ ਸੀ ਵਾਦਾ ਸੀ ਮੁੱਖ ਮੰਤਰੀ ਬਾਦਲ ਸਾਹਿਬ ਹੋਣਗੇ ਤੇ ਡਿਪਟੀ ਮੁੱਖ ਮੰਤਰੀ ਸਾਡਾ ਹੋਊਗਾ ਇਹਨਾਂ ਨੇ ਸਾਡਾ ਹੱਕ ਮਾਰ ਕੇ ਆਪਣੇ ਪੁੱਤਰ ਨੂੰ ਡਿਪਟੀ ਮੁੱਖ ਮੰਤਰੀ ਬਣਾ ਲਿਆ ਸੁਖਵੀਰ ਸਿੰਘ ਬਾਦਲ ਨੂੰ ਸੱਟ ਨਾਲ ਵਾਦਾ ਖਿਲਾਫੀ ਕੀਤੀ ਇਹ ਮੈਨੂੰ ਯਾਦ ਹੈ ਕਿ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਵਾਸਤੇ ਅੰਮ੍ਰਿਤਸਰ ਚ ਪਹਿਲਾ ਸਮਾਗਮ ਕੀਤਾ ਗਿਆ ਉਦੋਂ ਭਾਜਪਾ ਵਾਲਿਆਂ ਨੇ ਬਹੁਤ ਇਸ ਗੱਲ ਦਾ ਜ਼ੋਰ ਲਾਇਆ ਸੀ ਕਿ ਸਾਡਾ ਸਭ ਤੋਂ ਸੀਨੀਅਰ ਐਮਐਲਏ ਤੇ ਮੰਤਰੀ ਮਨਰंजन ਕਾਲੀਆ ਉਹਨੂੰ ਵੀ ਨਾਲ ਡਿਪਟੀ ਲੀਡਰ ਬਣਾਓ ਤਿੰਨ ਦਿਨ ਖਿੱਚੋ ਤਾਨ ਚੱਲਦੀ ਰਹੀ ਤੇ ਮੰਨੇ ਨਹੀਂ ਸੀ ਜੇ ਮੰਨ ਜਾਂਦੇ ਇੱਕ ਦਿਵਜਾਏ ਦੋ ਡਿਪਟੀ ਮੁੱਖ ਮੰਤਰੀ ਹੋ ਜਾਂਦੇ ਕੋਈ ਫਰਕ ਨਹੀਂ ਸੀ ਪੈਣਾ ਜੀ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਮਿਹੜਾ ਮਾਰਿਆ ਕਿ ਆਪਣੇ ਪੁੱਤਰ ਨੂੰ ਪ੍ਰੋਮੋਟ ਕਰਨ ਖਾਤਰ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦਾ ਸੀ ਬਹੁਤ ਸਤਿਕਾਰ ਕਰਦੇ ਸਨ ਉਹਨੇ ਉਦੋਂ ਸਾਨੂੰ ਠੱਬੀ ਲਾਈ। ਉਹਨੇ ਬਾਕੀ ਗੱਲਾਂ ਪੰਜਾਬ ਬਾਰੇ ਕੀ ਆਖੀਆਂ? ਕਾਂਗਰਸ ਦੇ ਖਿਲਾਫ 1984 ਦੇ ਸਿੱਖ ਵਿਰੋਧੀ ਦੰਗਿਆਂ ਲੈ ਕੇ ਹਮੇਸ਼ਾ ਵੀ ਬੋਲਦਾ, ਕੱਲ ਵੀ ਬੋਲ ਗਿਆ। ਪੰਜਾਬ ਦਾ ਕਰਜ਼ਾ ਮਾਫ਼ ਕਰ ਦਿਆਂਗੇ, ਅੱਗੇ ਵੀ ਕਈ ਵੀ ਗੱਲ ਆਖੀ। ਮੋਟੀਆਂ ਗੱਲਾਂ ਇਹ ਆ ਕਿ ਕੱਲ ਉਹਨੇ ਸਾਰਾ ਜ਼ੋਰ ਅਕਾਲੀ ਦਲ ਦੀ ਲੀਡਰਸ਼ਿਪ ਬਾਦਲ-ਬਾਪ-ਬੇਟੇ ਤੇ ਇਸ ਤਰ੍ਹਾਂ ਲਾਇਆ ਜਿਵੇਂ ਇਹ ਦੱਸਣਾ ਚਾਹੁੰਦਾ ਹੋਵੇ ਕਿ ਹੋਰ ਜੋ ਮਰਜ਼ੀ ਹੋਵੇ। ਹੁਣ ਮੈਂ ਇਹਨਾਂ ਨਾਲ ਤਾਂ ਕਿਸੇ ਕਿਸੇ ਦਾ ਕੋਈ ਗੱਠ ਜੋੜ ਨਹੀਂ ਕਰਦਾ। ਮੁੜ-ਮੁੜ ਕੇ ਉਹ ਗੱਲਾਂ ਗਣਾਈਆਂ ਜਿਹੜੀਆਂ ਇਹਨਾਂ ਦੇ ਨਾਲ ਉਹ ਸਮਝਦਾ ਕਿ ਇਹਨਾਂ ਨੇ ਸਾਂਝ ਦੇ ਦਿਨਾਂ 'ਚ ਭਾਜਪਾ ਨੂੰ ਠਿੱਬੇ ਲਾਈ ਧਾਰਮਿਕ ਆਗੂਆਂ ਤੋਂ ਵੀ ਲਵਾਈ ਅਸੀਂ ਬਥੇਰਾ ਬਰਦਾਸ਼ਤ ਕੀਤਾ ਇਹਨਾਂ ਹਾਲਾਤ 'ਚ ਵੀ ਗੱਠ ਜੋੜ ਦਾ ਧਰਮ ਨਿਭਾਇਆ ਪਰ ਇਹ ਨਿਭਾਉਣ ਦੇ ਲੈਕ ਨਹੀਂ ਅੱਗੇ ਤੋਂ ਨਹੀਂ ਨਿਭਾਉਣਾ ਸਾਰਾ ਉਹਦੀ ਤਕਰੀਰ ਦਾ ਸਾਰ ਤਤ ਆ ਨਿਕਲਦਾ ਜੀ ਦੰਸਬ ਨਾਲ ਮੁੱਖ ਮੰਤਰੀ ਚਰਨਜ ਸਿੰਘ ਚੰਨੀ ਦੀ ਗੱਲ ਵੀ ਕਰ ਲੈਣੇ ਆ ਕਿਉਂਕਿ ਉਹਨਾਂ ਦਾ ਹੈਲੀਕਾਪਟਰ ਕੱਲ ਉਡਣ ਨਹੀਂ ਦਿੱਤਾ ਗਿਆ ਹੁਸ਼ਿਆਰਪੁਰ ਜਾਣਾ ਸੀਗਾ ਉੱਤਵਾਲ ਪਠਾਨਕੋਟ ਜਾਣਾ ਸੀਗਾ ਕਹਿੰਦੇ ਨੇ ਸੁਰੱਖਿਆ ਨੂੰ ਲੈ ਕੇ ਇਸ ਕਰਕੇ ਰੋਕਿਆ ਗਿਆ ਇਹ ਕਿੰਨਾ ਕੁ ਸਹੀ ਸੀਗਾ ਤਿੰਨ ਵਾਰੀ ਰੋਕਿਆ ਗਿਆ ਇੱਕ ਵਾਰੀ ਤੇ ਹੁਸ਼ਿਆਰਪੁਰ ਤੋਂ ਰੋਕਿਆ ਗਿਆ ਆਖਿਆ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਆਉਣਾ ਇਸ ਕਰਕੇ ਤੁਹਾਡਾ ਨਹੀਂ ਉੱਡ ਸਕਦਾ ਜੀ ਉਹ ਗੁਰਦਾਸਪੁਰ ਉਧਰ ਪਠਾਨਕੋਟ ਜ਼ਿਲ੍ਹੇ ਚ ਸੁਜਾਨਪੁਰ ਚਲਾ ਗਿਆ ਉੱਥੋਂ ਜਲੰਧਰ ਨੂੰ ਆਉਣਾ ਸੀ ਫਿਰ ਉਹਦਾ ਹੈਲੀਕਾਪਟਰ ਨਹੀਂ ਉਡਣ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੇ ਕਰਕੇ ਉਹ ਉੱਥੋਂ ਕਾਰ ਦੇ ਉੱਤੇ ਫਿਰ ਜਲੰਧਰ ਹੈ ਅੱਜ ਉਹਨੇ ਫਰੀਦਕੋਟ ਨੂੰ ਜਾਣਾ ਸੀ ਉਹਦਾ ਹੈਲੀਕਾਪਟਰ ਫਿਰ ਨਹੀਂ ਉਡਣ ਦਿੱਤਾ ਗਿਆ ਕਿਉਂਕਿ ਉੱਥੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਉਣਾ ਸੀ ਦਲੀਲ ਜਿਹੜੀ ਦਿੱਤੀ ਗਈ ਕੱਲ ਪ੍ਰਧਾਨ ਮੰਤਰੀ ਦੇ ਮਾਮਲੇ 'ਚ ਉਹਦੇ ਤੋਂ ਚਰਨਜੀਤ ਸਿੰਘ ਚੰਨੀ ਨੇ ਕਾਫੀ ਗੋੜ ਵਿਖਾਈ ਜੀ ਕਿ ਮੈਂ ਮੁੱਖ ਮੰਤਰੀ ਆ ਮੈਂ ਕੋਈ ਅਤਵੱਦੀ ਐ ਜਿਹਦੇ ਤੋਂ ਪ੍ਰਧਾਨ ਮੰਤਰੀ ਨੂੰ ਖਤਰਾ ਮੇਰਾ ਹੈਲੀਕਾਪਟਰ ਕਿਉਂ ਨਹੀਂ ਉਡਣ ਦੇ ਰਹਿ ਤੇ ਅੱਗੋਂ ਪ੍ਰਧਾਨ ਮੰਤਰੀ ਨੇ ਜਵਾਬੀ ਮਿਹਣਾ ਦੇ ਦਿੱਤਾ ਕਿ 2014 ਚ ਜਦੋਂ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾ ਦਿੱਤਾ ਸੀ ਤੇ ਮੈਂ ਇੱਥੇ ਆਇਆ ਤੇ ਹਿਮਾਚਲ ਪ੍ਰਦੇਸ਼ ਜਾਣਾ ਸੀ ਜੀ ਉਦੋਂ ਤੁਸੀਂ ਮੇਰਾ ਹੈਲੀਕਾਪਟਰ ਨਹੀਂ ਸੀ ਉਡਣ ਦਿੱਤਾ ਇਹ ਕਹਿ ਕੇ ਕਿ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਦਾ ਹੈਲੀਕਾਪਟਰ ਉਡਣ ਵਾਲਾ ਉਹ ਕਹਿੰਦਾ ਮੈਂ ਇੱਕ ਸੂਬੇ ਦਾ ਮੁੱਖ ਮੰਤਰੀ ਸੀ ਮੈਂ ਕੋਈ ਅੱਤਵਾਦੀ ਸੀ ਤੇ ਤੁਹਾਡਾ ਇਹ ਮੁੰਡਾ ਕੱਲਾ ਪਾਰਲੀਮੈਂਟ ਮੈਂਬਰ ਸੀ ਤੇ ਕੇਂਦਰੀ ਮੰਤਰੀ ਵੀ ਨਹੀਂ ਸੀ ਇਹਦੇ ਵਾਸਤੇ ਮੇਰਾ ਹੈਲੀਕਾਪਟਰ ਤੁਹਾਨੂੰ ਰੁਕਿਆ ਤੇ ਮੇਰੀ ਰੈਲੀ ਹਿਮਾਚਲ ਪ੍ਰਦੇਸ਼ 'ਚ ਰੱਦ ਹੋ ਗਈ ਸੀ ਕਿਉਂਕਿ ਮੈਂ ਜਾ ਨਾ ਸਕਿਆ ਉਹ ਤੁਹਾਨੂੰ ਚੇਤਾ ਨਹੀਂ ਕਿ ਤੁਸੀਂ ਕੀ ਕਰਦੇ ਰਹੇ ਮੈਂ ਇਹਨਾਂ ਦੋਵਾਂ ਦੀ ਗੱਲ ਛੱਡ ਦਿੰਨਾ ਉਹਦੀ ਥਾਂ ਤੇ ਮੈਂ ਉਹਨਾਂ ਪ੍ਰੋਟੋਕੋਲ ਬਾਰੇ ਜਿੰਨੀ ਇੱਕ ਮੇਰੀ ਜਾਣਕਾਰੀ ਹੈ ਪ੍ਰੋਟੋਕੋਲ ਹੈ ਕਿ ਜਿੱਥੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਾਂ ਦੇਸ਼ ਦੇ ਰਾਸ਼ਟਰਪਤੀ ਨੇ ਲੰਘਣਾ ਹੋਵੇ ਜੇ ਉਹਨਾਂ ਦਾ ਜਹਾਜ਼ ਉੱਡ ਰਿਹਾ ਤੇ ਉਹਨੇ ਇਲਾਕੇ ਤੋਂ ਇੱਕ ਖਾਸ ਡਿਸਟੈਂਸ ਰੱਖਿਆ ਕਿ ਇੰਨੇ ਕਿਲੋਮੀਟਰ ਜਿਹੜੇ ਆ ਉਸ ਕਿਲੋਮੀਟਰ ਦੇ ਵਿੱਚ ਕੋਈ ਵੀ ਫਲਾਈਂਗ ਆਬਜੈਕਟ ਉੱਡਣ ਵਾਲੀ ਚੀਜ਼ ਹੈਲੀਕਾਪਟਰ ਜਾਂ ਜਹਾਜ਼ ਉੱਥੇ ਨਹੀਂ ਉਡਾਇਆ ਜਾਵੇਗਾ ਬਿਲਕੁਲ ਨਹੀਂ ਉੱਡੇਗਾ ਉਹ ਇਹਨਾਂ ਦੋਵਾਂ ਦੀ ਸਿਕਿਉਰਿਟੀ ਨੂੰ ਟਾਪ ਸਕਿਉਰਿਟੀ ਚ ਮੰਨਿਆ ਜਾਂਦਾ ਕਿ ਹੋਜੀ ਕੋਈ ਘਟਨਾ ਨਾ ਵਾਪਰ ਜਾਵੇ ਜੀ ਮੈਂ ਯਾਦ ਕਰਉਣਾ ਚਾਹੁੰਦਾ ਕਿ ਜਦੋਂ ਇਥੋਂ ਭਾਰਤ ਦਾ 에어 ਇੰਡੀਆ ਦਾ ਜਹਾਜ਼ ਅਗਵਾ ਕਰਕੇ ਕਹਧਾਰ ਲਿਜਾਇਆ ਗਿਆ ਅਗਲੇ ਦਿਨ ਰੌਲਾ ਪੈ ਗਿਆ ਸੀ ਕਿ 2 ਘੰਟੇ ਤੱਕ 에어 ਇੰਡੀਆ ਦਾ ਉਹ ਜਹਾਜ਼ ਜਿਹੜਾ ਅਗਵਾ ਹੋਇਆ ਸੀ ਪਤਾ ਨਹੀਂ ਸੀ ਕਿ ਅਗਵਾ ਹੋ ਚੁੱਕਾ ਪ੍ਰਧਾਨ ਮੰਤਰੀ ਬਾਜਪਾਈ ਦੇ ਜਹਾਜ਼ ਦੇ ਮਗਰਮਗਰੀ ਉੱਡਦਾ ਆਇਆ ਤੇ ਕਿਸੇ ਨੂੰ ਪਤਾ ਨਹੀਂ ਲੱਗਾ ਸਕਿਉਰਿਟੀ ਏਜੰਸੀਆਂ ਦੀ ਇਹ ਕੋਤਾਈ ਬਾਅਦ ਚ ਚਰਚਾ ਦਾ ਵਿਸ਼ਾ ਬਣੀ ਸੀ ਤੇ ਉਹਨਾਂ ਨੇ ਦਲੀਲ ਇਹ ਦਿੱਤੀ ਸੀ ਕਿ ਇੱਕ ਤਾਂ ਭਾਰਤ ਸਰਕਾਰ ਦੀ ਸਰਕਾਰੀ ਕੰਪਨੀ 에어 ਇੰਡੀਆ ਦਾ ਜਹਾਜ਼ ਸੀ ਦੂਸਰਾ ਪਸੰਜਰ ਜਹਾਜ਼ ਸੀ ਤਾਂ ਖਤਰਾ ਮਹਿਸੂਸ ਨਹੀਂ ਕੀਤਾ ਫਿਰ ਵੀ ਇਸ ਗੱਲ ਦੀ ਨੁਕਤਾਚੀਨੀ ਉਦੋਂ ਬਹੁਤ ਹੋਈ ਸੀ ਜੇ ਪ੍ਰੋਟੋਕੋਲ ਇਹ ਕਹਿੰਦਾ ਕਿ ਪ੍ਰਧਾਨ ਮੰਤਰੀ ਦੇ ਜਹਾਜ਼ ਤੋਂ ਇੰਨੇ فاਸਲੇ ਤੱਕ ਕੋਈ ਨਾ ਉਡ ਸਕੇ ਤੇ ਪਰੋ ਪ੍ਰੋਟੋਕੋਲ ਤਾਂ ਮਰਨਾ ਪਏਗਾ ਸਾਡੇ ਚੋਂ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਪ੍ਰੋਟੋਕੋਲ ਦੀ ਉਲੰਘਣਾ ਕਰੋ ਜੀ ਉਹਦੇ ਕਈਆਂ ਥਾਵਾਂ ਤੇ ਪ੍ਰਧਾਨ ਮੰਤਰੀ ਦੇ ਜਾਜ ਦੇ ਨਾਲ ਦੂਸਰੇ ਜਾਜ ਵੀ ਅੱਗੇ ਪਿੱਛੇ ਜਾਂਦੇ ਰਹੇ ਹੈਲੀਕਾਪਟਰ ਜਾਂਦੇ ਰਹੇ ਪਤਾ ਨਹੀਂ ਕਿੱਦਾਂ ਜਾਂਦੇ ਆ ਪਰ ਜੇ ਪ੍ਰੋਟੋਕੋਲ ਹੋਵੇ ਤੇ ਸਾਰਿਆਂ ਦੇ ਉੱਤੇ ਇੱਕੋ ਜਿਹਾ ਲਾਗੂ ਹੋਣਾ ਚਾਹੀਦਾ ਇਹ ਚ ਪੇਕਨ ਚੂਜ਼ ਇੱਥੇ ਲਾਗੂ ਕਰਤਾ ਉੱਥੇ ਛੱਡ ਦਿੱਤਾ ਉਹ ਨਾ ਹੋਵੇ ਤਾਂ ਕਿ ਕੱਲ ਨੂੰ ਕਿਸੇ ਹੋਰ ਨੂੰ ਮੌਕਾ ਨਾ ਮਿਲੇ ਜੀ ਪੰਨ ਸਾਹਿਬ ਪੰਜਾਬ ਦੀ ਰਾਜਨੀਤੀ ਵੱਲ ਆਉਂਨੇ ਆ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਸੁਖਵੀਰ ਸਿੰਘ ਬਾਦਲ ਕਹਿੰਦੇ ਸਿਰ ਭਵੇਂ ਤੁਹਾਡੇ ਨਾਲੋਂ ਅਲੱਗ ਹੋ ਜੇ ਭਾਈਚਾਰਕ ਸਾਂਝ ਨਹੀਂ ਕਦੇ ਵੀ ਜਾਵੇਗੀ ਪੰਜਾਬੀਆਂ ਦਾ ਸਿਰ ਉੱਚਾ ਹੀ ਰਹੂਗਾ ਕਿਵੇਂ ਦੇਖਦੇ ਆ ਇਸ ਮੈਨੀਫੈਸਟੋ ਨੂੰ ਬਹੁਤ ਸਾਰੇ ਐਲਾਨ ਕੀਤੇ ਨੇ ਦੇਖੋ ਸੁਖਬੀਰ ਸਿੰਘ ਬਾਦਲ ਸਿਰ ਧੜ ਨਾਲ ਉਹ ਲਾਗੋ ਜਿਹੋ ਜੀਆਂ ਗੱਲਾਂ ਜਿੰਨੀਆਂ ਕਹਿੰਦਾ ਉਹ ਤਾਂ ਲਫਾਜੀ ਹੁੰਦੀ ਹੈ ਜਿੰਨੀ ਮਰਜ਼ੀ ਕੋਈ ਸ਼ਬਦਾਵਲੀ ਵਰਤ ਲਿਓ ਉਹਨੂੰ ਪਾਸੇ ਰਹਿਣ ਦਿਓ ਜੀ ਉਹਨਾਂ ਨੇ ਮੈਨੀਫੈਸਟੋ ਜਾਰੀ ਕੀਤਾ ਮੈਂ ਪਿਛਲੀਆਂ ਦਿਨਾਂ ਚ ਕਈਆਂ ਦੇ ਮੈਨੀਫੈਸਟੋ ਵੇਖੇ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ ਵੀ ਵੇਖ ਚੁੱਕੇ ਆ ਆਮ ਆਦਮੀ ਪਾਰਟੀ ਵਾਲੇ ਜੋ ਕੁਝ ਕਹਿੰਦੇ ਆ ਉਹਨਾਂ ਦੇ ਬਕਾਇਦਾ ਦਸਤਾਵੇਜ਼ ਨੂੰ ਛੱਡੋ ਜੋ ਜੋ ਕੁਝ ਉਹਨਾਂ ਨੇ ਹੁਣ ਤੱਕ ਕਿਹਾ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੇ ਉਹ ਸਾਰਾ ਮੈਂ ਬੜੀ ਵਾਰ ਵੇਖਿਆ ਕਾਂਗਰਸੀਆਂ ਨੇ ਵੀ ਜੋ ਕੁਝ ਆਖਿਆ ਆ ਪੰਜਾਬ ਮਾਡਲ ਪੇਸ਼ ਕਰ ਦਿੱਤਾ ਨਵਜੋਤ ਸਿੰਘ ਸਿੱਧੂ ਨੇ ਪਤਾ ਨਹੀਂ ਉਹ ਪੰਜਾਬ ਮਾਡਲ ਕਾਂਗਰਸ ਦਾ ਕਿ ਨਵਜੋਤ ਸਿੰਘ ਸਿੱਧੂ ਦਾ ਅਜੇ ਤੱਕ ਇਹ ਵੀ ਸਾਫ ਨਹੀਂ ਉਹ ਵੀ ਵੇਖ ਲਿਆ ਇਨਾ ਸਰਦ ਕੀ ਹੁੰਦਾ ਇੰਡਸਟਰੀ ਵਿਕਾਸ ਕਰਾਂਗੇ ਆ ਕਰਦੇ ਆਂਗੇ ਉਹ ਕਰਾਂਗੇ ਖੇਤੀ ਦਾ ਵਿਕਾਸ ਬੇਰਜ਼ਗਰਾਂ ਨੂੰ 1921 ਦਾ ਫਰਕ ਆ ਕੋਈ ਕਹਿੰਦਾ 500 ਰੁਪਏ ਵਧ ਦੇ ਦਿਆਂਗੇ ਕੋਈ ਕਹਿੰਦਾ 500 ਰੁਪਏ ਘਟ ਦੇ ਦਿਆਂਗੇ ਇਹ ਵਿਕਾਸ ਦੀਆਂ ਉਹ ਗੱਲਾਂ ਨੇ ਜਿਹੜੀਆਂ ਸੁਣਦਿਆਂ 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 ਸਾਡੇ ਕੰਨ ਪੱਕ ਗਏ ਇੱਕ ਵਾਰੀ ਭਗਵੰਤ ਮਾਨ ਨੇ ਮਜ਼ਾਕ ਨਾਲ ਕਿਹਾ ਸੀ ਕਿ ਲਾਲ ਕਿਲੇ ਤੋਂ 17 ਸਾਲਾਂ ਚ ਜਿੰਨੇ ਭਾਸ਼ਣ ਦਿੱਤੇ ਗਏ ਉਹਨਾਂ ਚੋਂ ਅੱਧੇ ਤੋਂ ਜ਼ਿਆਦਾ ਪ੍ਰਧਾਨ ਮੰਤਰੀਆਂ ਦੇ ਭਾਸ਼ਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਯਾਦ ਹੋ ਗਏ ਕਿਉਂਕਿ ਕਬੂਤਰ ਉੱਥੇ ਪੱਕੇ ਰਿਦੇ ਸਾਲ ਪੁੱਛੋ ਭਾਸ਼ਣ ਦੇ ਣਾਉਂਦੇ ਆ ਹੁਣ ਇੱਥੇ ਜਿਸ ਤਰ੍ਹਾਂ ਦੀਆਂ ਗੱਲਾਂ ਇਹ ਕਹਿੰਦੇ ਨੇ ਸਾਰੇ ਉਹ ਲਗਭਗ ਇਹੋ ਜਿਹੀਆਂ ਕਿ ਵਿੱਚੋਂ ਨਾ ਘਟਦੇ ਹੋ ਕਿ ਫੁਲਾਨੀ ਪਾਰਟੀ ਦਾ ਵੇਖਣ ਨੂੰ ਇਹ ਜਾਪਦਾ ਕਿ ਹਾਂ ਮੈਨੀਫੈਸਟੋ ਹੋਈ ਹੈ ਜੀ ਹਰ ਕੋਈ ਕਹਿੰਦਾ ਕਰਜ਼ਾ ਮਾਫ਼ ਕਰਾਵਾਂਗੇ ਉਹ ਕਹਿੰਦਾ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਿਆਂਗੇ ਜੇ ਮੁਕਤ ਕਰਨਾ ਸੀ ਤੇ ਕਰਜ਼ਾ ਚੜਾਇਆ ਕਿਉਂ ਸੀ ਹਰ ਕੋਈ ਕਹਿੰਦਾ ਆਪ ਪਲਾਨ ਪ੍ਰਾਚੀਨ ਦਾ ਵਿਕਾਸ ਕਰ ਦੇਵਾਂਗੇ ਇੱਕ ਗੱਲ ਬੜੇ ਸਾਲਾਂ ਤੋਂ ਅਸੀਂ ਸੁਣਦੇ ਆਂ ਕਿ 1971 ਚੰ드ਰਾ ਗਾਂਧੀ ਨੇ ਆਖਿਆ ਸੀ ਮੈਂ ਗਰੀਬੀ ਹਟਾਉਂਗੀ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਸੀ ਜੀ ਫਿਰ ਗਰੀਬੀ ਹਟਾਈਓ ਹਟਾਓ ਹਟਾਈ ਕਿਉਂ ਨਾ ਇਹਦੇ ਬਾਰੇ ਇੱਕ ਵਾਰੀ ਇੱਕ ਵਿਦਵਾਨ ਨੇ ਹਾਸੇ ਚ ਆਖਿਆ ਸੀ ਰਾਜਨੀਤੀ ਸਮਝੋ ਜੇ ਗਰੀਬੀ ਹਟਾ ਹੀ ਦਿੰਦੇ ਤੇ ਅਗਲੀ ਵਾਰੀ ਲਾਰਾ ਕਾ ਦਾ ਲਾਉਂਦੇ ਬਿਲਕੁਲ ਇੱਕ ਵਾਰੀ ਕ੍ਰਿਸਚੀਅਨ ਰੀਡੀ ਜੰਦੀ ਇੱਕ ਬੜੀ ਧਾਰਮਿਕ ਕਾਗੂ ਕਲਕੱਤੇ ਸੀ ਉਹਨੇ ਆਖਿਆ ਸੀ ਜਿਹੜਾ ਲਾਰਡ ਗਾਰਡ ਹੈ ਨਾ ਉਹ ਬੜਾ ਕਿਰਪਾਵਾਨ ਉਹ ਗਰੀਬਾਂ ਨੂੰ ਇਸ ਕਰਕੇ ਗਰੀਬ ਰੱਖਦਾ ਕਿ ਅਮੀਰ ਉਹਨਾਂ ਦੀ ਮਦਦ ਕਰਕੇ ਪੁੰਨ ਖੱਟ ਸਕਣ ਅਮੀਰਾਂ ਦੀ ਤੇ ਮਦਦ ਕਰਦਾ ਲਾਰਡ ਗਾਰਡ ਕਿ ਪੁੰਨ ਖੱਟ ਸਕਣ ਪਰ ਜਿਨ੍ਹਾਂ ਨੂੰ ਗਰੀਬੀ ਦੇ ਵਿੱਚ ਕੀੜਿਆਂ ਵਾਲੀ ਜ਼ਿੰਦਗੀ ਗੁਜ਼ਾਰਨ ਵਾਸਤੇ ਕੱਲਦਾ ਉਹਨਾਂ ਨੇ ਕਿਹੜੇ ਰੱਬ ਦੇ ਮਾਹ ਮਾਰੇ ਉਹਨਾਂ ਨੂੰ ਕਿਉਂ ਇਤਾਂ ਕਰਦਾ ਇਸੇ ਤਰ੍ਹਾਂ ਹੀ ਰਾਜਨੀਤੀ ਦੀ ਖਾਤਰ ਜਿਨ੍ਹਾਂ ਨੂੰ ਗਰੀਬ ਰੱਖਿਆ ਜਾਂਦਾ ਕਿ ਤੁਹਾਨੂੰ ਅਸੀਂ ਆਖਾਂਗੇ ਤੁਹਾਨੂੰ ਪੈਨਸ਼ਨ ਲਾ ਦੇਵਾਂਗੇ ਤੁਹਾਡੇ ਘਰਾਂ ਚ ਬੀਬੀਆਂ ਨੂੰ ਇੱਕ ਇੱਕ 1000 ਰੁਪਿਆ ਮਿਲਿਆ ਕਰੂਗਾ ਤੁਹਾਡੇ ਬੱਚਿਆਂ ਨੂੰ ਅਸੀਂ ਇੰਨਾ ਵਜੀਫਾ ਲਾ ਦੇਾਂਗੇ ਇਹ ਕੋਈ ਪਾਰਟੀ ਕਿਉਂ ਨਹੀਂ ਕਹਿੰਦੀ ਕਿ ਤੁਹਾਨੂੰ ਇਸ ਲੈਗ ਕਰ ਦੇਾਂਗੇ ਕਿ ਤੁਸੀਂ ਸਰਕਾਰ ਵੱਲ ਚੱਕਣਾ ਛੱਡ ਦਿਓ ਆਪਣੇ ਪੈਰਾਂ 'ਸਿਰ ਖੜੇ ਹੋ ਜਾਓ ਕੋਈ ਪਾਰਟੀ ਇਹ ਕਿਉਂ ਨਹੀਂ ਕਹਿੰਦੀ ਜੀ ਅਕਾਲੀ ਦਲ ਦਾ ਮੈਨੀਫੈਸਟੋ ਪੜ੍ਹ ਲਿਆ ਵੱਡੀ ਗੱਲ ਕਾਲੀ ਦਲ ਨੇ ਜਿਹੜੀ ਆਖੀ ਉਹ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣ ਕੇ ਪੰਜਾਬ ਦੀਆਂ ਟਰੱਕ ਯੂਨੀਅਨਾਂ ਤੋੜ ਦਿੱਤੀਆਂ ਸੀ ਸਾਡੀ ਪਾਰਟੀ ਹੁਣ ਜੇ ਜਿੱਤ ਗਈ ਤੇ ਅਸੀਂ ਪਹਿਲਾ ਕੰਮ ਇਹ ਆ ਕਿ ਟਰੱਕ ਯੂਨਾਂ ਬਹਾਲ ਕਰਾਂਗੇ ਕਰ ਦਿਓ ਜੇ ਤੁਸੀਂ ਟਰੱਕ ਯੂਨਾਂ ਬਹਾਲ ਕਰੋਗੇ ਤੇ ਇੰਡਸਟਰੀਆਂ ਦਾ ਵਿਰੋਧ ਟਰੱਕ ਯੂਨਾਂ ਦਾ ਇੱਕ ਆਪਣਾ ਕਿਰਦਾਰ ਹੈਗਾ ਚੰਗਾ ਵੀ ਹੈ ਇਹਦਾ ਫਾਇਦਾ ਵੀ ਹੈ ਪਰ ਇੱਕ ਇਹ ਵੀ ਹੈ ਕਿ ਕਈਆਂ ਥਾਵਾਂ ਤੇ ਇਹ ਫਿਰ ਜਦੋਂ ਟਰੱਕਾਂ ਦੀ ਯੂਨੀਆ ਬਣ ਜਾਂਦੀਆਂ ਇਹਨਾਂ ਚ ਕ腐ਪਸ਼ਨ ਹੀ ਹੈ ਵਾ ਲੜਾਈ ਝਗੜਾ ਵੀ ਇੰਡਸਟਰੀ ਵਾਲੇ ਨਾਲ ਵੀ ਝਗੜੇ ਹੁੰਦੇ ਆ ਦੋਵੇਂ ਜਾਂ ਚੰਗਾ ਮੰਦਾ ਉਹਦਾ ਤੁਸੀਂ ਇਲਾਜ ਕੀ ਕੱਢੋਗੇ ਜੀ ਇਹਨਾਂ ਦੇ ਉੱਤੇ ਕਬਜ਼ੇ ਵਾਸਤੇ ਗੋਲੀਆਂ ਕਿੰਨੀ ਵਾਰ ਚੱਲੀਆਂ ਤੇ ਬੰਦੇ ਕਿੰਨੀ ਵਾਰ ਮਰੇ ਆ ਹੁਣ ਕਹਿੰਦੇ ਜੀ ਅਸੀਂ ਟਰੱਕ ਯੂਨੀਆ ਬਹਾਲ ਕਰਕੇ ਤੇ ਹਰ ਟਰੱਕ ਯੂਨੀਆ ਦਾ ਪ੍ਰਧਾਨ ਲੋਕਲ ਐਸਟੀਐਮ ਨੂੰ ਬਣਾ ਦੇਾਂਗੇ ਚਲੋ ਇੱਕ ਨਵਾਂ ਤਜਰਬਾ ਜੇ ਇਹਨਾਂ ਕਰਨ ਲੱਗੇ ਆ ਇਹ ਕੰਮ ਹੋਰ ਕਰੋ ਅਕਾਲੀ ਭਾਜਪਾ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਹਰ ਐਮਐਲਏ ਦੇ ਹਲਕੇ ਨਾਲ ਵਿਧਾਨ ਸਭਾ ਹਲਕੇ ਨਾਲ ਇੱਕ ਡੀਐਸਪੀ ਜੋੜਤਾ ਜੇ ਰਾਜਕਰਦੀ ਪਾਰਟੀ ਦਾ ਐਮਐਲਏ ਹੋਵੇ ਤਾਂ ਸਵੇਰੇ ਉੱਠ ਕੇ ਐਮਐਲਏ ਨੂੰ ਪੁੱਛਦਾ ਸੀ ਸਰ ਅੱਜ ਮੈਨੂੰ ਕੀ ਹੁਕਮ ਹੈ ਤੇ ਜੇ ਉੱਥੇ ਵਿਰੋਧੀ ਪਾਰਟੀ ਦਾ ਐਮਐਲਏ ਹੋਵੇ ਤੇ ਰਾਜਕਰਦੀ ਪਾਰਟੀ ਦੇ ਹਲਕਾ ਇੰਚਾਰਜ ਨੂੰ ਪੁੱਛਦਾ ਸੀ ਤੇ ਹਲਕਾ ਇੰਚਾਰਜਾਂ ਚ ਕੁਝ ਤਾਂ ਇੰਨੇ ਹਲਕੇ ਸੀ ਕਿ ਉਹ ਹਰ ਇੱਕ ਨੂੰ ਹਲਕੇ ਵਾ ਬਣਖਾਣ ਪੈਂਦੇ ਸੀ ਸਬੂਤਾ ਬੰਦਾ ਚੱਪ ਜਾਂਦੇ ਸੀ ਤੇ ਕੁਝ ਇੰਨੇ ਹਲਕੇ ਸੀ ਕਿ ਜੇ ਕਿਸੇ ਦੀ ਜੇਬ ਚ 10 ਰੁਪਏ ਹੈ ਤੇ ਉਹ ਵੀ ਕਢਾ ਲੈਂਦੇ ਸੀ ਜੀ ਇਹ ਜਿਹੜੇ ਡੀਐਸਪੀ ਇਹੋ ਜਿਹੇ ਹਲਕੇ ਤੇ ਹਲਕੇ ਬੰਦਿਆਂ ਦੇ ਸਿਰ ਨਾਲ ਲਾਉਂਦੇ ਸੀ ਅੱਜ ਤੱਕ ਇੱਕ ਵੀ ਪਾਰਟੀ ਨਹੀਂ ਇਹ ਨਹੀਂ ਆਖਿਆ ਕਿ ਅਸੀਂ ਆ ਕੇ ਸਿਸਟਮ ਬਦਲ ਦਿਆਂਗੇ ਡੀਐਸਪੀ ਦੀ ਪੁਲਿਸ ਸਬਡਿਵੀਜ਼ਨ ਵੱਖਰੀ ਹੋਵੇਗੀ ਤੇ ਵਿਧਾਨ ਸਭਾ ਦਾ ਹਲਕਾ ਵੱਖਰਾ ਹੋਵੇਗਾ ਜਿਹੜੀ ਅਕਾਲੀ ਪਾਰਟੀ ਨੇ ਡੀਐਸਪੀ ਐਮਐਲਏ ਦੇ ਨਾਲ ਤੇ ਹਲਕਾ ਇੰਚਾਰਜਾਂ ਨਾਲ ਜੋੜੇ ਸੀ ਉਹਨੇ ਵੀ ਇਹ ਜ਼ਰਤ ਨਹੀਂ ਕੀਤੀ ਕਿ ਅਸੀਂ ਉਹਨਾਂ ਨੂੰ ਵਾਪਸ ਆਪਣੀ ਥਾਂ ਤੇ ਭੇਜ ਦਿਆਂਗੇ ਉਹਨਾਂ ਦੀ ਸਬਡਿਵੀਜ਼ਨ ਵੱਖਰੀ ਹੋਊਗੀ ਐਮਐਲਏ ਦੇ ਅਧੀਨ ਉਹਨਾਂ ਨੂੰ ਕਰਨ ਵਾਲਾ ਕੰਮ ਐਮਐਲਏ ਦੇ ਗੁਲਾਮ ਬਣਾ ਕੇ ਰੱਖਣ ਵਾਲਾ ਕੰਮ ਇਹ ਖਤਮ ਕਰਾਂਗੇ ਇਹ ਕੋਈ ਵੀ ਨਹੀਂ ਕਹਿ ਰਿਹਾ ਪਤਾ ਨਹੀਂ ਕਿਉਂ ਨਹੀਂ ਕਹਿ ਰਿਹਾ ਇਹ ਲੋਕਾਂ ਨੂੰ ਪਤਾ ਜਿਹੜੇ ਭੁਗਤਦੇ ਆ ਇਹ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਪਰ ਅਜੇ ਤੱਕ ਨਹੀਂ ਹੋ ਰਹੀਆਂ ਠੀਕ ਹੈ ਮੈਨੀਫੈਸਟੋ ਇੱਕ ਉਹਨਾਂ ਨੇ ਕਰਨਾ ਸੀ ਜਾਰੀ ਉਹ ਕਰ ਦਿੱਤਾ ਅੱਗੋਂ ਵੀ ਅਸੀਂ ਆਸ ਰੱਖਾਂਗੇ ਤੁਸੀਂ ਜੋ ਕਰਨਾ ਕਰਦੇ ਹੋ ਪਰ ਕੁਝ ਅਮਲ ਵਿੱਚ ਵੀ ਲੋਕਾਂ ਨੂੰ ਦਿਸਣਾ ਚਾਹੀਦਾ ਜੀ ਪੰਸਾਹਬ ਇੱਕ ਸਵਾਲ ਹੈ ਪੰਜਾਬ ਦੀ 70% ਦੀ ਆਬਾਦੀ ਹੈ ਕਿਸੇ ਨਾ ਕਿਸੇ ਡੇਰੇ ਨਾਲ ਜੁੜੀ ਹੈ ਤੇ ਡੇਰੇ ਦੀਆਂ ਵੋਟਾਂ ਬਹੁਤ ਪ੍ਰਭਾਵਿਤ ਕਰਨ ਗਿਆ ਰਾਜਨੀਤੀ ਵਿੱਚ ਇਸ ਤਰ੍ਹਾਂ ਦੀ ਚਰਚਾ ਚੱਲਦੀ ਹੈ ਮਾਲਵੇ ਵਿੱਚ 31 ਸੀਟਾਂ ਇਸ ਤਰ੍ਹਾਂ ਦੀਆਂ ਜਿੱਥੇ ਡੇਰੇ ਦਾ ਪ੍ਰਭਾਵ ਲੱਗਦਾ ਸਿਰਸੇ ਵਾਲੇ ਦਾ ਦੂਸਰੇ ਪਾਸੇ ਹੁਣ ਸਿਆਸੀ ਵਿੰਗ ਉੱਥੇ ਤਾਂ ਕਹਿ ਰਿਹਾ ਕਿ ਅਸੀਂ ਕਿਸੇ ਪਾਰਟੀ ਨੂੰ ਹਮਾਇਤ ਨਹੀਂ ਦੇਣੀ ਇਕਤਾ ਪ੍ਰਭਾਵ ਦੱਸੋ ਕਿੰਨਾ ਕੁ ਪੈ ਸਕਦਾ ਦੂਸਰੇ ਪਾਸੇ ਡੇਰੇ ਜੋ ਜਿਹੜੀ ਗੱਲ ਨਿਕਲੀ ਹੈ ਇਹਨੂੰ ਕਿਵੇਂ ਦੇਖਦੇ ਆ ਦੇਖੋ 31ਾਂ ਵਾਲੀ ਗੱਲ ਗਲਤ ਹੈ ਜੀ ਉਸ ਡੇਰੇ ਦਾ ਪ੍ਰਭਾਵ ਘੱਟੋ ਘੱਟ 60 ਸੀਟਾਂ ਤੇ ਹੋ ਗਿਆ ਦੋ ਵੱਧ ਹੋ ਸਕਦਾ ਹੂੰ ਕਿਸੇ ਥਾਂ ਤੇ ਉਹਨਾਂ ਦੇ 22000 ਵੋਟ ਆ ਇੱਕ ਸੀਟ ਤੇ ਕਿਹੇ ਤੇ 26000 ਵੋਟ ਆ ਕਿਸੇ ਤੇ 5000 ਆ ਕਿਤੇ 500 ਆ ਜੀ ਪਰ ਜਿੱਥੇ ਕਿਤੇ 5-7 ਵੋਟਾਂ ਦੇ ਉੱਤੇ 150 ਵੋਟਾਂ ਦੇ ਉੱਤੇ ਹਾਰ ਜਿੱਤ ਹੁੰਦੀ ਹੋਵੇ ਇਹੋ ਜੀਆਂ ਸੀਟਾਂ ਤੇ ਵੀ 200 ਵੋਟਾਂ ਉਹਨਾਂ ਦੀ ਹੈਗੀ ਆ ਆ ਮਾਝਾ ਬੜੀ ਦੂਰ ਹੈ ਉੱਥੋਂ ਸਿਰਸੇ ਤੋਂ ਜੀ ਇੱਥੋਂ ਤੱਕ ਵੀ ਜਾ ਕੇ ਉਹਨਾਂ ਦੇ ਡੇਰੇ ਬਣ ਗਏ ਤੇ ਉੱਥੇ ਵੀ 2-2 4-400 ਵੋਟਾਂ ਉਹਨਾਂ ਦੀ ਹੈਗੀ ਆ ਅੱਗੇ ਉਹ ਬਕਾਇਦਾ ਫੈਸਲਾ ਕਰਦੇ ਹੁੰਦੇ ਸੀ ਹੁਣ ਵੀ ਪਤਾ ਲੱਗ ਗਿਆ ਕਿ ਉਹਨਾਂ ਨੇ 18 ਤਰੀਕ ਨੂੰ ਫੈਸਲਾ ਕਰਨਾ ਕਿ ਅਸੀਂ ਕਿਹੜੀ ਪਾਰਟੀ ਦਾ ਸਾਥ ਦੇਣਾ ਕਿਨੂੰ ਅਸੀਂ ਜਿਤਾਉਣਾ ਤੇ ਕਿਨੂੰ ਹਰਾਉਣਾ ਉਹਨਾਂ ਦੇ ਰਾਜਸੀ ਵਿੰਗ ਦੇ ਇੱਕ ਬੰਦੇ ਨੇ ਜਿਹੜਾ ਬਿਆਨ ਦਿੱਤਾ ਉਹ ਇਹ ਹੈ ਕਿ ਰਾਜਸੀ ਵਿੰਗ ਐਸਵਰੀ ਕਈਆਂ ਲੀਡਰਾਂ ਦੇ ਵਿੰਗ ਕੱਢਣ ਦੇ ਮੂਡ 'ਚ ਆ ਉਹ ਕਹਿੰਦੇ ਵੋਟਾਂ ਸਾਡੇ ਤੋਂ ਲੈਂਦੇ ਆ ਜਿੱਤ ਜਾਂਦੇ ਆ ਸਾਡੇ ਪੈਰੀਂ ਹਥ ਲਾਉਂਦੇ ਆ ਤਰਲੇ ਮਾਰਦੇ ਆ ਤੇ ਜਦੋਂ ਸਾਨੂੰ ਲੋੜ ਪੈਂਦੀ ਆ ਫਿਰ ਫੋਨ ਵੀ ਨਹੀਂ ਸੁਣਦੇ ਤੇ ਜਾ ਕੇ ਸਟੇਜਾਂ ਤੇ ਸਾਡੇ ਡੇਰੇ ਦਾ ਨਾਮ ਹੀ ਅਸਲੀ ਨਹੀਂ ਲੈਂਦੇ ਵਿਗਾੜ ਕੇ ਲੈਂਦੇ ਵਿਗਾੜ ਕੇ ਦਾ ਮਤਲਬ ਕੀ ਹੈ ਕਿ ਸੱਚਾ ਸੌਦਾ ਕਰਨ ਦੇ ਬਜਾਇ ਸੌਦਾ ਸਾਧ ਕੇ ਲੈਂਦੇ ਇਹ ਆਮ ਚੱਲਦਾ ਅਸੀਂ ਕਦੇ ਨਹੀਂ ਆਖਿਆ ਮੈਸ ਡੇਰ ਦੇ ਖਿਲਾਫ ਸਭ ਤੋਂ ਪਹਿਲਾਂ ਲਿਖਿਆ ਸੀ ਪਰ ਮੈਂ ਅੱਜ ਤੱਕ ਵੀ ਕਦੇ ਸੌਦਾ ਸਾਧ ਨਹੀਂ ਆਖਿਆ ਮੈਂ ਹਮੇਸ਼ਾ ਸੱਚਾ ਸੌਦਾ ਕਰਨ ਜਿੱਦਾਂ ਦਾ ਮਰਜ਼ੀ ਹੋਵੇ ਉਹਦਾ ਨਾਂ ਤੇ ਅਸੀਂ ਨਾ ਬਦਲ ਸਕਦੇ ਨਾ ਜੋ ਉਹਦਾ ਕਰਨ ਦਿਓ ਇੱਕ ਤੇ ਉਹਨਾਂ ਨੂੰ ਇਸ ਗੱਲ ਦੀ ਕੋੜ ਦੂਜਾ ਉਹ ਕਹਿੰਦੇ ਸਾਡੇ ਉੱਤੇ ਮੁਸ਼ਕਲ ਹਾਲਾਤ ਬਣੇ ਤੇ ਨਾਲ ਨਹੀਂ ਤੁਰੇ ਹੁਣ ਅਸੀਂ ਇਹਨਾਂ ਨੂੰ ਇਸ ਵਾਰੀ ਵੇਖ ਲਾਂਗੇ ਕਿ ਤੁਸੀਂ ਸਾਨੂੰ ਕੀ ਸਮਝਦੇ ਹੋ ਬੇਕੂਬ ਬਣਾਉਣੇ ਅਸੀਂ ਇਸ ਵਾਰੀ ਤੁਹਾਨੂੰ ਫਿਰ ਤਾਰੇ ਦਿਨੇ ਵਿਖਾ ਦੇਵਾਂਗੇ ਤੀਸਰੀ ਗੱਲ ਉਹਨਾਂ ਆਖਿਆ ਕਿ ਤਲਵੰਡੀ ਸਾਬੋ ਤੋਂ ਡੇਰੇ ਦੇ ਮੁਖੀ ਦਾ ਰਾਮ ਰਹੀਮ ਦਾ ਕੁੜਮ ਇਸ ਵਾਰੀ ਆਜ਼ਾਦ ਖਲੋਤਾ ਪੁਰਾਣਾ ਉਹ ਕਾਂਗਰਸੀ ਮੰਤਰੀ ਜੀ ਬਿਆਨ ਸਿੰਘ ਮੁੱਖ ਮੰਤਰੀ ਦੀ ਸਰਕਾਰ ਵਿੱਚ ਉਹ ਮੰਤਰੀ ਵੀ ਰਹਿ ਚੁੱਕਾ ਉਹ ਕਹਿੰਦੇ ਐਸ ਵਾਰੀ ਅਸੀਂ ਸਾਰੇ ਵਰਕਰ ਲਾਤੇ ਆ ਪੰਜਾਬ ਭਰ ਚੋਂ ਬੰਦੇ ਲਿਆਂਦੇ ਆ ਤੇ ਸਾਰਾ ਜੋਰ ਲਾ ਕੇ ਜਿੱਦਾਂ ਵੀ ਹੋਵੇ ਇਹਨੂੰ ਤਾਂ ਹੀ ਜਿਤਾਉਣਾ ਜਿਤਾਉਣਾ ਕਿਉਂਕਿ ਸਾਡੇ ਵਿਕਾਰ ਦਾ ਸਵਾਲ ਹੈ ਬਾਕੀਆਂ ਚੋਂ ਕਿਹੜੀ ਪਾਰਟੀ ਦੀ ਮਦਦ ਕਰਨੀ 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 ਜ ਕਰਨੀ ਤੇ ਕਿੰਨੀ ਕਰਨੀ ਆ ਇਹ ਅਸੀਂ 18 ਨੂੰ ਦੱਸਾਂਗੇ ਹੁਣ ਸਾਰਿਆਂ ਦੀਆਂ ਨਜ਼ਰਾਂ 18 ਤਰੀਕ ਤੇ ਟਿਕੀਆਂ ਨੇ ਐਸ ਵਾਰੀ ਡੇਰਾ ਇਹਨਾਂ ਨੂੰ ਪੁਆਟਣੀ ਦੇਣ ਦੇ ਮੂਡ 'ਚ ਆ ਤੇ ਕੰਮ ਸੌਖਾ ਨਹੀਂ ਰਹਿ ਗਿਆ ਸਿਆਸੀ ਲੀਡਾਂ ਵਾਸਤੇ ਇਹਨਾਂ ਨੂੰ ਐਸ ਵਾਰੀ ਹੱਥਾਂ ਦੀਆਂ ਦਿੱਤੀਆਂ ਗੰਡਾ ਦੰਦਾ ਨਾਲ ਵੀ ਖੋਲਣੀਆਂ ਪੈ ਸਕਦੀਆਂ ਨੇ ਪੰਡਤ ਸਾਹਿਬ ਅਗਲੀ ਖਬਰ ਵੱਧਦੇ ਆ ਲਖੀਮਪੁਰ ਮਾਮਲੇ ਵਿੱਚ ਕਿਸਾਨਾਂ ਨੂੰ ਕਹਿੰਦੇ ਆ ਕਿ ਅਸੀਂ ਸਿਖਰਲੀ ਅਦਾਲਤ ਤਵਲ ਚਲ ਜਣਾ ਦੂਸਰੇ ਪਾਸੇ ਰਕੇਸ਼ਟ ਕਹਿਤ ਕਹਿੰਦੇ ਆ ਜੇਕਰ ਮੰਤਰੀ ਦੇ ਮੁੰਡੇ ਦੀ ਜ਼ਮਾਨਤ ਹੋਈ ਪਈ ਹੈ ਜੇ ਬਾਹਰ ਆ ਗਿਆ ਤਾਂ ਮੈਂ ਧਰਨਾ ਦੇਣਾ ਇਹ ਕਿਵੇਂ ਦੇਖਦੇ ਆ ਧਰਨਾ ਫਿਰ ਮੈਂ ਰਕੇਸ਼ਟ ਕਹਿਤ ਦਾ ਬਿਆਨ ਪੜਿਆ ਉਹਨੇ ਆਖਿਆ ਕੇਂਦਰੀ ਮੰਤਰੀ ਗ੍ਰਹਿ ਰਾਜ ਮੰਤਰੀ ਅਜੀਤ ਕੁਮਾਰ ਮਿਸ਼ਰਾ ਦੇ ਪੁੱਤਰ ਅਸੀਸ਼ ਮਿਸ਼ਰਾ ਦੀ ਜ਼ਮਾਨਤ ਤਾਂ ਮਨਜ਼ੂਰ ਕਰ ਲਈ ਕਿਉਂਕਿ ਸਰਕਾਰ ਨੇ ਟਿੱਲ ਦਿੱਤੀ ਕੇਸ ਵਿੱਚ ਉਹਦੀ ਜਮਾਨਤ ਮਨਜ਼ੂਰ ਹੋ ਗਈ। ਜੀ। ਨਹੀਂ ਤੇ ਇੱਥੇ ਇੱਕ ਕਤਲ ਦੇ ਕੇਸ 'ਚ ਮਨਜ਼ੂਰੀ ਨਹੀਂ ਹੁੰਦੀ ਉਹਦੇ ਤੇ ਉੱਤੇ ਪੰਜ ਕਤਲਾਂ ਦਾ ਕੇਸ ਹੈ ਉਹ ਕਿਦਾਂ ਹੋ ਗਈ? ਹੋਈ ਇਸ ਕਰਕੇ ਕਿਉਂਕਿ ਸਰਕਾਰ ਨੇ ਟਿੱਲ ਦਿੱਤੀ, ਅਦਾਲਤ ਨੇ ਜਮਾਤ ਦੇ ਦਿੱਤੇ। ਉਹ ਕਹਿੰਦਾ ਹੁਣ ਜਦੋਂ ਇਹ ਜੇਲ੍ਹ ਤੋਂ ਨਿਕਲੇਗਾ ਜੇ ਨੂੰ ਜੇਲ੍ਹ ਤੋਂ ਛੱਡਿਆ ਗਿਆ ਤੇ ਮੈਂ ਜੇਲ੍ਹ ਦੇ ਅੱਗੇ ਜਾ ਕੇ ਪੱਕਾ ਧਰਨਾ ਲਾ ਦਿਆਂਗਾ। ਇਹ ਉਹਦੀ ਮਰਜ਼ੀ ਹੈ ਜੇਲ੍ਹ ਦੇ ਅੱਗੇ ਜਾ ਕੇ ਪੱਕਾ ਧਰਨਾ ਲਾ ਦੇ। ਪਰ ਜਿੰਨੇ ਕੁ ਮੇਰੀ ਸਮਝ ਆ ਹੋਏ ਕਿ ਤਰਨਾ ਜੇਲ੍ਹ ਦੇ ਅੱਗੇ ਲਾਉਣ ਦੀ ਲੋੜ ਨਹੀਂ ਜਿਨ੍ਹਾਂ ਨੇ ਛਡਾਇਆ ਜੇਲ੍ਹ ਕੀ ਹੈ ਜੇਲ੍ਹ ਤਾਂ ਇੱਕ ਕਿਸਮ ਦਾ ਇੱਕ ਸਟੋਰ ਹੈ ਜਿੱਦਾਂ ਅਸੀਂ ਫालतू ਮਾਲ ਪਿਆ ਵੇਤੇ ਸਟੋਰ ਦੇ ਵਿੱਚ ਬੋਰੀਆਂ ਰੱਖ ਦਿੰਦੇ ਆ ਇਦਾਂ ਹੀ ਸਮਾਜ ਦੇ ਵਿੱਚ ਜਿਹੜਾ ਗੈਰ ਸਮਾਜੀ ਅੰਸਰ ਹੋਵੇ ਉਹਨੂੰ ਜੇਲ੍ਹ ਦੇ ਸਟੋਰ ਚ ਬੰਦ ਕਰ ਦੇਦਾ ਜੀ ਜੇਲ੍ਹ ਦੇ ਸਟੋਰ ਵਿੱਚ ਤਾਂ ਕੈਦੀ ਦੇ ਤੌਰ ਤੇ ਬੰਦ ਸੀ ਉਹਨੂੰ ਹੁਕਮ ਹੋ ਗਿਆ ਕਿ ਆ ਬੰਦਾ ਬਾਹਰ ਕੱਢ ਦੇ ਤੇ ਜੇਲਰ ਨੇ ਕੱਢ ਦੇਣਾ ਜੇਲ੍ਹ ਨੇ ਤੇ ਕੁਛ ਨਹੀਂ ਕੀਤਾ ਜੇ ਧਰਨਾ ਲਾਉਣਾ ਤੇ ਉਹਨਾਂ ਦੇ ਸਾਹਮਣੇ ਲਾਉਣਾ ਚਾਹੀਦਾ ਜਿਨ੍ਹਾਂ ਨੇ ਉਹਨੂੰ ਕਢਾਉਣ ਵਾਸਤੇ ਮਦਦ ਕੀਤੀ ਉਹ ਧਰਨਾ ਮੁੱਖ ਮੰਤਰੀ ਵੀ ਹੋ ਸਕਦਾ ਇਲਾਕੇ ਦਾ ਐਮਐਲਏ ਪਾਰਲੀਮੈਂਟ ਮੈਂਬਰ ਵੀ ਹੋ ਸਕਦਾ ਉਹ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਤੇ ਜ਼ਿਲ੍ਹੇ ਦਾ ਪੁਲਿਸ ਮੁਖੀ ਵੀ ਹੋ ਸਕਦਾ ਉਹ ਕੋਈ ਵੀ ਹੋ ਸਕਦਾ ਜੇਲ੍ਹ ਦੇ ਸਾਹਮਣੇ ਧਰਨੇ ਦੀ ਤੱਕ ਕੋਈ ਨਹੀਂ ਪਰ ਇੰਨਾ ਮੈਂ ਸਮਝਿਆ ਕਿ ਕਿਸਾਨ ਆਗੂਆਂ ਤੇ ਆਮ ਕਿਸਾਨਾਂ ਵਿੱਚ ਵੀ ਸਾਰੇ ਦੇਸ਼ ਵਿੱਚ ਇਸ ਗੱਲ ਦਾ ਰੋਹ ਹੈ ਕਿ ਸਾਡੇ 5 ਕਿਸਾਨ ਉਸ ਘਟਨਾ ਚ ਮਾਰੇ ਗਏ ਸਾਨੂੰ ਅਜੇ ਇਨਸਾਫ ਨਹੀਂ ਮਿਲਿਆ ਅਜੇ ਉਹਨਾਂ ਦਾ ਸਿਵਾ ਠੰਡਾ ਨਹੀਂ ਹੋਇਆ ਤੇ ਤੁਸੀਂ ਕਾਤਲ ਨੂੰ ਜਮਾਨਤਾ ਦਿਵਾ ਕੇ ਤੇ ਬਾਹਰ ਲਿਆਉਂਦੇ ਪਿਆ ਤਾਂ ਕਿ ਉਹ ਚੋਣਾਂ ਦੇ ਵਿੱਚ ਮਦਦ ਕਰ ਸਕੇ ਉਹਦੇ ਵਾਲੇ ਇਲਾਕੇ ਚ ਅਜੇ ਚੋਣਾਂ ਵੋਟਾਂ ਪੈਣੀਆਂ ਨੇ ਉਹ ਕਹਿੰਦੇ ਜੇ ਉਹ ਬਾਹਰ ਆਇਆ ਤੇ ਅਸੀਂ ਫਿਰ ਰੋਸ ਕਰਾਂਗੇ ਉਹਦੇ ਆਿਆਂ ਤੋਂ ਜੇ ਅਮਨ ਕਾਨੂੰਨ ਦੀ ਹਾਲਤ ਖਰਾਬ ਹੁੰਦੀ ਹੋਵੇ ਤੇ ਚੋਣਾਂ ਦੌਰਾਨ ਉਸ ਬੰਦੇ ਨੂੰ ਕੱਢਣਾ ਨਹੀਂ ਚਾਹੀਦਾ ਅੱਗੋਂ ਸਰਕਾਰ ਕੀ ਕਰਦੀ ਹੈ ਇਹ ਪਤਾ ਨਹੀਂ ਕਿਉਂਕਿ ਸਰਕਾਰਾਂ ਕਦੇ ਵੀ ਪਤਾ ਨਹੀਂ ਲਗਣ ਦਿੰਦੀਆਂ ਹੁੰਦੀਆਂ ਜੀ ਪਤਾ ਲਗਣ ਦੇ ਤਾਂ ਫਿਰ ਪੰਸਾਬ ਸਾਰਾ ਕੁਝ ਖਤਮ ਹੀ ਹੋਵੇ ਪਰ ਸਾਡਾ ਵੀ ਵੇਲਾ ਜਾਣਦਾ ਹੋ ਗਿਆ ਤੁਸੀਂ ਖਬਰਾਂ ਤੇ ਚਰਚਾ ਕੀਤੀ ਬਹੁਤ ਬਹੁਤ ਧੰਨਵਾਦ ਜੀ ਮੈਂ ਸੋ ਅੱਜ ਦੇ ਐਕਸਪਲੋਰ ਨੂੰ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਣਾ ਹੁਣ ਮੈਨੂੰ ਨਵਜੀਤ ਨੂੰ ਦੇਉ ਇਜਾਜ਼ਤ ਤੈਕਟਰ ਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ